ਸਰ ਇੰਡਸਟਰੀ ਦੇ ਵਿੱਚ ਇਸ ਤਰ੍ਹਾਂ ਦੀ ਦਿੱਕਤ ਤਾਂ ਬਹੁਤ ਆਉਂਦੀ ਹੋਏਗੀ, ਜਾਂ ਅਗਰ ਵਿਵਾਦ ਹੋ ਜਾਂਦਾ ਕਿਸੇ ਫਿਲਮ 'ਤੇ ਪੈਸਾ ਵੀ ਲੱਗਿਆ ਹੁੰਦਾ, ਉਸ ਤੋਂ ਬਾਅਦ ਕੱਟ ਲੱਗ ਜਾਂਦੇ ਨੇ? ਇਹ ਪ੍ਰੋਬਲਮ ਹੈ, ਇਸੇ ਕਰਕੇ ਬਹੁਤ ਜਿਹੜੇ ਮੇਕਰ ਹੈ ਉਹ ਧਾਰਮਿਕ ਫਿਲਮ ਨਹੀਂ ਬਣਾ ਪਾਉਂਦੇ। ਸੁੱਚਾ ਸੂਰਬਾ ਸੀ ਬਣਾ ਸਕਦੇ, ਪਰ ਕਿਸੇ ਵੀ ਧਰਮ ਦੇ ਧਰਮ ਗੁਰੂ ਨਾਲ ਰਿਲੇਟਡ ਫਿਲਮ ਨਹੀਂ ਬਣਾ ਸਕਦੇ। ਉਹਦੇ ਵਿੱਚ ਬਹੁਤ ਬੰਦੇ ਨੇ, ਉਹ ਧਾਰਮਿਕ ਜਥੇਬੰਦੀ ਦੱਸ ਸਕਦੇ। ਮੰਡੀਆਂ ਹੁੰਦੀਆਂ ਸੀ, ਸ਼ਹਿਰ ਇੱਕੋ ਵਰਦੇ 'ਤੇ ਫਿਲਮ ਚੱਲਦੀ ਸੀ, ਉਹਦੇ ਨਾਲ ਕੀ ਹੁੰਦਾ ਸੀ ਫਿਲਮ ਨੂੰ ਲੰਬਾ ਸਮਾਂ ਚੱਲਣਾ ਪੈਂਦਾ ਸੀ। ਅਜੋਕੇ ਦੌਰ 'ਚ ਜਿੱਦਾਂ ਹੁਣ ਇਹ ਫਿਲਮ ਇਹਨਾਂ ਨੇ ਵੀ ਸਾਡੀ ਬੁਕਿੰਗ ਵੱਧ ਗਈ, ਫਿਰ ਇਹਨਾਂ ਨੇ ਇੱਕ ਦੀ ਜਗ੍ਹਾ ਦੋ ਸਕਰੀਨ ਦੇ ਦੇਣੀ ਤੁਹਾਨੂੰ। ਦੋ ਦਾ ਭਾਵ ਜੇ ਇੱਕ ਫਿਲਮ ਇੱਕ ਵੀਕ 'ਚ ਅੱਛਾ ਬਿਜ਼ਨਸ ਚੱਲਦੀ ਹੈ, ਜੇ ਦੋ ਸਕਰੀਨ ਹੋਣ ਸਾਨੂੰ 14 ਦਿਨ ਦਾ ਕੰਮ 7 ਦਿਨ 'ਚ ਹੋ ਗਿਆ। ਸੋ ਇਹਦਾ ਇਹ ਫਾਇਦਾ ਹੋ ਗਿਆ ਕਿ ਜਿਹੜੇ ਵੱਡੇ ਮਲਟੀਪਲੈਕਸਿਸ ਆ ਉਹਨਾਂ ਦੀਆਂ ਇੱਕੋ ਵਾਰੀ 5-5, 6-6 ਸਕਰੀਨਾਂ ਹੋ ਜਾਂਦੀਆਂ। ਔਰ ਜਿਹੜੀ ਚੰਗੀ ਗੱਲ ਇਹ ਹੈ ਵੀ ਆਪਣੀ ਪੰਜਾਬੀ ਫਿਲਮ ਨੂੰ ਜਦੋਂ ਕੋਈ ਬਾਲੀਵੁੱਡ ਦੀ ਕੋਈ ਵੱਡੀ ਫਿਲਮ ਆਉਂਦੀ ਤਾਂ ਆਪਾਂ ਨੂੰ ਸਕਰੀਨਾਂ ਘੱਟ ਮਿਲਦੀਆਂ ਆਮ ਤੌਰ 'ਤੇ ਹਰ ਵਾਰੀ, ਪਰ ਆਪਣੀ ਫਿਲਮ ਨੂੰ ਇਸ ਵਾਰੀ ਬਾਕੀ ਸਾਰਿਆਂ ਨਾਲ ਬਾਲੀਵੁੱਡ ਦੇ ਬਰਾਬਰ ਸਨਸ, ਜਿੱਦਾਂ ਹੁਣ ਆਸਟ੍ਰੇਲੀਆ 'ਚ 25-30 ਸਿਨੇਮੇ ਹੋਣੇ, ਆਪਣੇ ਕੋਲ 70 ਸਕਰੀਨਾਂ ਜਾਂ 60-70, ਇਸੇ ਤਰ੍ਹਾਂ ਕੈਨੇਡਾ 'ਚ। ਕੋਈ ਫਿਲਮ ਜਦੋਂ ਕਿਸੇ ਫਿਲਮ ਦੀ ਆਉਣ ਤੋਂ ਪਹਿਲਾਂ ਹਾਈਪ ਬਣਦੀ ਹੈ ਜਾਂ ਲੋਕਾਂ ਦਾ ਹੁੰਗਾਰਾ ਮਿਲਦਾ, ਫਿਰ ਉਸ ਹਿਸਾਬ ਨਾਲ ਸਿਨੇਮਾ ਮਾਲਕ ਕਹਿੰਦੇ ਆਪਾਂ ਨੂੰ ਸਕਰੀਨਾਂ ਦੇ ਦਿੰਦੇ। ਹੁਣ ਜਿਹੜਾ ਕੰਮ 1 ਮਹੀਨੇ ਵਾਲਾ ਉਹ ਆਪਾਂ 7-14 ਦਿਨ 'ਚ ਆਪਣਾ ਦੇਖ ਲੈਂਦੇ, ਉਹ ਕਿਉਂਕਿ ਅੱਗੇ ਵੀ ਫਿਲਮਾਂ ਬਹੁਤ ਪੰਜਾਬੀ ਹੋਣੀਆਂ, ਫਿਰ ਇੱਦਾਂ ਵੀਕ ਬਾਅਦ ਹੀ ਆਉਣਗੀਆਂ। ਮਨ ਸਾਹਿਬ ਕਾਫੀ ਫੇਮ ਹੈ, ਤੁਸੀਂ ਬੱਚਾ ਅੱਜ ਕੱਲ੍ਹ ਬੱਬੂ ਮਾਨ ਦਾ ਫੈਨ ਹੈਗਾ, ਅਤੇ ਕਿੱਦਾਂ ਦਾ ਰੋਲ ਲੱਗਿਆ ਜਦੋਂ ਤੁਸੀਂ ਸੂਰਮੇ ਦਾ, ਜਿਹੜਾ ਕਿ ਅੱਜ ਤੋਂ ਕਈ ਸੌ ਸਾਲ ਪਹਿਲਾਂ ਦੀ ਦਾਸਤਾਨ ਨੂੰ ਦੁਬਾਰਾ ਤੁਸੀਂ ਰਿਪੀਟ ਕੀਤਾ? ਆਪਾਂ ਪਿੰਡਾਂ ਵਾਲੇ ਹੀ ਜ਼ਿਆਦਾ, ਆਪਾਂ ਪਿੰਡਾਂ 'ਚ ਸਾਡੇ ਛੋਟੇ ਕਸਬੇ ਵੀ ਉਹਨੂੰ ਪਿੰਡਾਂ ਦੇ ਨੇੜੇ ਹੁੰਦੇ, ਉਸੇ ਤਰ੍ਹਾਂ ਦੇ ਸਾਡੇ ਜਿਹੜੇ ਮੁੱਖ ਧੰਦੇ ਹੁੰਦੇ ਜਾਂ ਜਿਹੜੇ ਕੰਮ ਕਾਰ ਸ਼ਹਿਰਾਂ 'ਚ ਕਰ ਰਹੇ ਹੋ, ਦੁਕਾਨਾਂ ਹੋ ਗਈਆਂ ਪਿੰਡ ਵਾਲਿਆਂ ਦੇ ਖੇਤਰ, ਇਹ ਜਿਹੜੇ ਕਿਰਦਾਰ ਹੈ ਇਹ ਸਾਡੇ ਬਾਪ ਦਾਦਿਆਂ ਦੇ, ਸਾਡੇ ਜੀਨਸ 'ਚ ਚੀਜ਼ਾਂ ਹੈ। ਜਿਸ ਤਰ੍ਹਾਂ ਦੀ ਵੀ ਪੁਸ਼ਾਕ ਆਪਾਂ ਨਿੱਜੀ ਦੇ ਵਿੱਚ ਅਸੀਂ ਪਿੰਡਾਂ 'ਚ ਪਾ ਲੈਂਦੇ ਹਾਂ, ਤਾਂ ਵੀ ਆਪਾਂ ਜਿੱਦਾਂ ਸ਼ਾਮ ਸਵੇਰੇ ਚਾਦਰਾਂ ਲਾਉਂਦੇ ਹਾਂ, ਪਰਨਾ ਆਮ ਸਾਡੇ ਨਿੱਜੀ ਜ਼ਿੰਦਗੀ 'ਚ ਅਸੀਂ ਪਾਉਂਦੇ ਹਾਂ, ਉਹ ਚੀਜ਼ਾਂ ਸਾਡੇ ਲਈ ਸੌਖੀ। ਜੇ ਕਿਸੇ ਹੋਰ ਸਟੇਟ ਵਾਲੇ ਨੇ ਕਰਨਾ ਹੋਵੇ ਜਾਂ ਬਾਲੀਵੁੱਡ ਦੇ ਕਿਸੇ ਬੰਦੇ ਨੇ, ਉਹਦੇ ਲਈ ਥੋੜ੍ਹਾ ਜਿਹਾ ਔਖਾ ਸਾ, ਆਪਾਂ ਪਿੰਡਾਂ ਵਾਲੇ ਹਾਂ, ਸਾਡੇ ਲਈ ਸੌਖੀ। ਮਨ ਸਾਹਿਬ ਪੰਜਾਬ ਦੇ ਵਿੱਚ ਹਰ ਫਿਲਮ ਦਾ ਰੰਗ ਹੁੰਦਾ, ਇਹ ਇਤਿਹਾਸਿਕ ਕਿਸੇ ਉੱਪਰ ਦੀ ਫਿਲਮ ਹੈ, ਇੱਦਾਂ ਦੀਆਂ ਫਿਲਮਾਂ 'ਚ ਕੁਛ ਬੰਦਿਸ਼ਾਂ ਵੀ ਹੁੰਦੀਆਂ, ਕੱਪੜੇ ਕਿੱਦਾਂ ਦੇ ਚਾਹੀਦੇ ਆ, ਪੈਸੇ ਕਿੱਦਾਂ ਦੇ, ਗੁੱਸੇ ਕਿੱਦਾਂ ਦੇ ਪਾਉਣਾ, ਚਾਦਰਾ ਕਿਹੜਾ ਪਾਉਣਾ, ਵਾਲਾ ਵਾਲਾ ਪਾਉਣਾ ਜਾਂ ਧੂਮਾ ਚਾਦਰਾ ਲਾਉਣਾ, ਸੋ ਹਰ ਫਿਲਮ ਦਾ ਇੱਕ ਆਪਣਾ ਰੰਗ ਹੁੰਦਾ। ਇਹ ਜਿਸ ਤਰ੍ਹਾਂ ਦਾ ਇਹ ਸਬਜੈਕਟ ਹੈ ਕਿ ਉਹ ਤੁਹਾਨੂੰ ਜੇ ਉਸ ਹਾਲ 'ਚ ਲਿਜਾਂਦੀ ਹੈ ਫਿਰ ਹੀ ਸਕਸੈਸਫੁਲ ਫਿਲਮ। ਮਨ ਸਾਹਿਬ ਪੰਜਾਬ ਦੇ ਗੱਪ ਵੀ ਮਾਰ ਸਕਦਾ ਬੰਦਾ ਵੀ ਮੈਂ ਬਹੁਤ ਮਨ ਦਾ ਐ ਕਰਿਆ, ਇਹ ਤਾਂ ਨਹੀਂ। ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਸ ਤਰ੍ਹਾਂ ਦੇ ਆਪਣੇ ਪੰਜਾਬ ਪਿੰਡਾਂ ਵਾਲਿਆਂ ਦੇ ਸੁਭਾਅ ਹੈ ਉਸੇ ਤਰ੍ਹਾਂ ਦਾ ਇੱਕ ਕਿਰਦਾਰ। ਮਨ ਸਾਹਿਬ ਪੰਜਾਬ ਦੇ ਵਿੱਚ ਗੈਂਗਸਟਰਵਾਦ ਬਹੁਤ ਜ਼ਿਆਦਾ ਵੱਧ ਰਿਹਾ, ਗਨ ਕਲਚਰ ਵੱਧ ਰਿਹਾ, ਕਿ ਜਿਹੜੀਆਂ ਫਿਲਮਾਂ ਸਟੇਟ ਮਸਲਾ ਇਹਦੇ 'ਚ ਮੇਰਾ ਨਹੀਂ, ਜਿਹੜੀਆਂ ਫਿਲਮਾਂ ਦੇ ਵਿੱਚ ਇਸ ਤਰ੍ਹਾਂ ਦਾ ਗਨ ਕਲਚਰ ਨੂੰ ਦਰਸਾਇਆ ਜਾਂਦਾ। ਮੇਰਾ ਮੈਟਰ ਇਹ ਪੁਲਿਸ ਦਾ ਹੈ, ਜਦੋਂ ਵੱਡੀ ਪੀ ਸੀ ਹੋਵੇ ਤੋਂ ਬਾਅਦ ਸਾਥ ਦੋਸਤ। ਅੱਛਾ ਤੁਸੀਂ ਗੱਲ ਕਰ ਸਕਦੇ, ਮੈਂ ਫਿਲਮ ਦੇ ਮਤਲਬ ਫੋਨ ਕਰ ਸਕਦਾ। ਮਨ ਸਾਹਿਬ ਕਿੱਦਾਂ ਦੀ, ਮਤਲਬ ਕਿ ਜਿਸ ਤਰੀਕੇ ਨਾਲ ਯੂਥ ਇਸ ਵੇਲੇ ਜਿਹੜਾ ਹੈਗਾ ਇਸ ਚੀਜ਼ ਨੂੰ ਭੁੱਲ ਰਿਹਾ ਸੀਗਾ, ਪੁਰਾਣੇ ਜਿਹੜੇ ਕਲਚਰ ਹੈਗੇ ਨੇ, ਸੂਰਮੇ ਹੈਗੇ ਨੇ, ਅਸੀਂ ਕਿਤਾਬਾਂ 'ਚ ਪੜ੍ਹੇ ਸੀਗੇ, ਅਤੇ ਲੇਕਿਨ ਕਈ ਲੋਕਾਂ ਦੇ ਤੁਹਾਡੇ ਵਕਤ ਸਿਲੇਬਸ ਸੀ ਉਹ ਹੁਣ ਨਹੀਂ,
ਤੁਸੀਂ ਕਈ ਚੀਜ਼ਾਂ ਕਿਤਾਬਾਂ 'ਚ ਪੜ੍ਹਦੇ, ਜਦੋਂ ਮੈਂ ਪੜ੍ਹਦਾ ਸੀ ਉਦੋਂ ਵੀ ਬਹੁਤ ਚੀਜ਼ਾਂ ਮਿਲ ਜਾਂਦੀਆਂ, ਪਰ ਜਿਵੇਂ ਜਿਵੇਂ ਸਿਸਟਮ ਸਟਰੋਂਗ ਹੁੰਦਾ ਜਾਂਦਾ, ਜਿਸ ਤਰ੍ਹਾਂ ਦੀ ਸੋਚ ਰਾਜ ਕਰਦੀ ਹੈ, ਕਈ ਵਾਰੀ ਬਹੁਤ ਸਾਰੀਆਂ ਬੁੱਕਸ ਉੱਦਾਂ ਚੇਂਜ ਵੀ ਹੋ ਜਾਂਦੀਆਂ। ਔਰ ਜਿਹੜੇ ਲੋਕ ਕਥਾਵਾਂ ਜਦੋਂ ਅੰਗਰੇਜ਼ਾਂ ਦਾ ਕਾਲ ਸੀ, ਉਦੋਂ ਬਹੁਤ ਚੀਜ਼ਾਂ ਉਸ ਤਰ੍ਹਾਂ ਲਿਖਤੀ ਰੂਪ 'ਚ ਨਹੀਂ ਆ ਪਾਈਆਂ ਸੀ, ਕਿਉਂਕਿ ਉਹਨਾਂ ਦੌਰਾਂ 'ਚ ਕੁਛ ਲੋਕ ਪੜ੍ਹਦੇ ਸੀ ਜਾਂ ਕੋਈ ਆਰਮੀ ਚਲੇ ਜਾਂਦੇ ਸੀ ਉਹ ਪੜ੍ਹਦੇ ਨੇ। ਆਮ ਅਸੀਂ ਜਿਹੜੇ ਪਿੰਡਾਂ ਵਾਲੇ ਸਾਡੇ ਬਾਪ ਦਾਦੇ ਉਹਨਾਂ ਸਕੂਲਾਂ 'ਚ ਨਹੀਂ ਗਏ, ਉਹਨਾਂ ਨੂੰ ਦੋ ਭਾਸ਼ਾਵਾਂ ਆਉਂਦੀਆਂ ਹੁੰਦੀਆਂ ਸੀ, ਵੱਧ ਤੋਂ ਵੱਧ ਉਰਦੂ ਸਿੱਖ ਲੈਂਦੇ ਸੀ ਜਾਂ ਸਾਨੂੰ ਪੰਜਾਬੀ ਜਾਂ ਫਿਰ ਆਸਾਮ, ਜਿਹੜੇ ਆਮ ਗੁਰਦੁਆਰਿਆਂ 'ਚ ਵੀ ਉਰਦੂ ਕੋਈ ਮਾਸਟਰ ਨਹੀਂ ਤਾਂ ਪੜ੍ਹਾ ਸੀ। ਪਰ ਇਹ ਸਿਨੇਮਾ ਵੀ ਇੱਕ ਮਾਧਿਅਮ ਹੈ। ਦੇਖੋ ਅੱਗੇ ਕੀ ਸੀ ਕਿ ਕਿਤਾਬਾਂ 'ਤੇ ਅਸੀਂ ਡਿਪੈਂਡੈਂਟ ਹੋ ਗਏ ਸੀ, ਹੋਰ ਕੀ ਹੈ ਕਿ ਜਿਹੜਾ ਸੋਸ਼ਲ ਮੀਡੀਆ ਦਾ ਇਹ ਫਾਇਦਾ ਹੈ ਕਿ ਅਸੀਂ ਉਹ ਚੀਜ਼ਾਂ ਇਹਦੇ 'ਤੇ ਜੀਵਨੀਆਂ ਰੱਖ ਸਕਦੇ ਹਾਂ। ਔਰ ਬੱਚੇ ਜਿਹੜੇ ਉਹ ਜ਼ਿਆਦਾ ਫੋਨ ਨਾਲ ਹੀ ਜੁੜੇ ਹੋਏ ਆ, ਤੁਸੀਂ ਕਿਸੇ ਬੱਚੇ ਨੂੰ ਕਹੋਗੇ ਕਿਤਾਬ ਉੱਦਾਂ ਨਿੱਜੀ ਤੌਰ 'ਤੇ ਨਹੀਂ ਪੜ੍ਹੂਗਾ, ਪਰ ਫੋਨ 'ਚ ਕਈ ਵਾਰੀ ਉਹ ਕਿਤਾਬ ਵੀ ਪੜ੍ਹ ਲੈਂਦਾ ਈ ਬੁੱਕ 'ਤੇ ਜਾ ਕੇ। ਸੋ ਇਸ ਤਰ੍ਹਾਂ ਦੀਆਂ ਜਿਹੜੀ ਚੀਜ਼ਾਂ ਬਣਦੀਆਂ ਰਹਿਣਗੀਆਂ, ਇੱਕ ਤਾਂ ਇਹ ਹੈ ਕਿ ਇਹ ਫਿਲਮ ਹੈ ਜਿਹਦੇ 'ਚ ਬਾਪੂ ਬੇਬੇ ਬੱਚੇ ਬਜ਼ੁਰਗ ਸਾਰੇ ਇਕੱਠੇ ਬੈਠ ਕੇ ਦੇਖ ਸਕਦੇ, ਇਹ ਉਸ ਤਰ੍ਹਾਂ ਦਾ ਕੰਸੈਪਟ ਹੈ। ਔਰ ਪੰਜਾਬੀ ਸਿਨੇਮਾ ਤਾਂ ਹੀ ਵੱਡਾ ਬਣੂਗਾ ਜਦੋਂ ਫੈਮਲੀ ਆਉਣਗੀ, ਇਕੱਲੇ ਨੌਜਵਾਨਾਂ ਦੇ ਮੁੰਡੇ ਕੁੜੀਆਂ ਦੇ ਆਉਣ ਨਾਲ ਸਿਨੇਮਾ ਗਰੋ ਨਹੀਂ ਕਰੂਗਾ, ਆਪਣਾ ਉਹ ਇੱਕ ਲਿਮਿਟ ਤੱਕ ਹੈ। ਜੇ ਅਸੀਂ ਸਾਊਥ ਦੇ ਬਰਾਬਰ ਦਾ ਸਿਨੇਮਾ ਖੜ੍ਹਾ ਕਰਨਾ ਤਾਂ ਵੀ ਪਰਿਵਾਰਾਂ ਨਾਲ ਆਉਣਾ ਚਾਹੀਦਾ। ਉਹ ਸਾਡਾ ਸਮਾਜ ਕਿਸ ਤਰ੍ਹਾਂ ਕਿੰਨੀ ਆਜ਼ਾਦੀ ਅਲਾਓ ਕਰਦਾ ਉਸ ਮੁਤਲਕ ਕੇ ਫਿਲਮ ਕਮਾ ਸਕਦੇ। ਮਾਨ ਸਾਹਿਬ, ਲੰਬੇ ਸਮੇਂ ਤੋਂ ਤੁਸੀਂ ਇੰਡਸਟਰੀ ਨਾਲ ਜੁੜੇ ਹੋਏ ਹੋ, ਸੈਂਸਰ ਬੋਰਡ ਕੰਮ ਕਰਦਾ ਹੈ, ਕਈ ਫਿਲਮਾਂ 'ਤੇ ਵਿਵਾਦ ਵੀ ਹੋ ਜਾਂਦਾ, ਸੈਂਸਰ ਬੋਰਡ ਕੱਟ ਮਾਰ ਦਿੰਦਾ ਹੈ ਜਾਂ ਕਈ ਸੀਨ ਕੱਟੇ ਜਾਂਦੇ ਹੈ, ਲੇਕਿਨ OTT 'ਤੇ ਕੋਈ ਵੀ ਇਸ ਤਰ੍ਹਾਂ ਦਾ ਕੱਟ ਨਹੀਂ ਹੈ, ਉਸ 'ਤੇ ਕੋਈ ਵੀ ਕਾਰਵਾਈ ਨਹੀਂ ਹੈ। ਹਾਲਾਂਕਿ ਹਾਲ ਹੀ ਦੇ ਵਿੱਚ ਕੰਗਨਾ ਰਣੌਤ ਨੇ ਇਸ 'ਤੇ ਉਹਨਾਂ ਨੇ ਕਿਹਾ ਵੀ ਹੈ ਵੀ ਉਸ 'ਤੇ ਵੀ ਕੋਈ ਸੈਂਸਰ ਬੋਰਡ ਬੈਠਣਾ ਚਾਹੀਦਾ। ਜਿਹੜਾ ਲਾਅ ਨਾ ਮੈਂ ਬਦਲ ਸਕਦਾ, ਉਹਨਾਂ ਦੀ ਗੱਲ ਯਾ ਤਾਂ ਜਿਹੜੇ ਮੈਂਬਰ ਪਾਰਲੀਮੈਂਟ ਆ ਉਹ ਰੌਲਾ ਪਾ ਸਕਦਾ, ਮੇਰਾ ਜਾਂ ਤੁਹਾਡਾ ਰੌਲਾ ਪਾਉਣਾ ਤਾਂ ਸਮਾਜਿਕ ਮੀਡੀਆ 'ਤੇ ਰਹਿਜੂਗਾ। ਇਸ ਤਰ੍ਹਾਂ ਦੀ ਦਿੱਕਤ ਰੂਪ ਨਹੀਂ ਹੋਊਗਾ, ਉਹਦੀ ਸੰਭਾਵਨਾਵਾਂ ਤਾਂ ਬਣਦੀਆਂ। ਜਿਹੜੇ ਅਸੀਂ ਚੁਣੇ ਹੋਏ ਚੁਣਿੰਦਾ ਸਾਡੇ ਲੀਡਰ ਹੋਣਗੇ, ਉਹਨਾਂ ਨੂੰ ਅਸੀਂ ਇਸ ਤਰ੍ਹਾਂ ਦੇ ਸਵਾਲ ਕਰੀਏ। ਇਸ ਤਰ੍ਹਾਂ ਦੀ ਦਿੱਕਤ ਤਾਂ ਸਰ ਆਉਂਦੀ ਹੈ ਕਿ ਫਿਲਮ ਇੰਡਸਟਰੀ ਦੇ ਵਿੱਚ 1947 ਤੋਂ ਅੱਜ ਦਾ ਦੇਖੋ ਕਿੰਨਾ ਯੁੱਗ ਬਦਲ ਗਿਆ, ਜਿਹੜੀਆਂ ਉਸ ਟਾਈਮ ਚੀਜ਼ਾਂ ਲਿਖੀਆਂ ਉਹ ਸਾਰੀਆਂ ਅੱਜ ਸੰਭਵ ਨਹੀਂ। ਇਸ ਕਰਕੇ ਅਮੈਂਡਮੈਂਟਸ ਤਾਂ ਹੁੰਦੀਆਂ ਰਹਿਣੀਆਂ ਚਾਹੀਦੀਆਂ, ਇਹ ਤਾਂ ਸੰਭਵ ਹੈ ਜੇ ਅੱਛੇ ਵਕੀਲ ਜਿਹੜੇ ਨੌਜਵਾਨ ਹੈ ਉੱਦਮੀ ਜਿਹਨਾਂ ਨੂੰ ਜਿਹੜੇ ਆਪਣੇ ਸੱਭਿਆਚਾਰ ਦਾ ਜਿਹੜਾ ਉਹ ਇਹ ਚੀਜ਼ਾਂ ਪੋਸੀਬਲ ਕਰਾ ਸਕਦੇ ਇੱਕੋ ਰਸਤਾ। ਪਰ ਸਰ ਇੰਡਸਟਰੀ ਦੇ ਵਿੱਚ ਇਸ ਤਰ੍ਹਾਂ ਦੀ ਦਿੱਕਤ ਤਾਂ ਬਹੁਤ ਆਉਂਦੀ ਹੋਏਗੀ, ਜਾਂ ਅਗਰ ਵਿਵਾਦ ਹੋ ਜਾਂਦਾ ਕਿਸੇ ਫਿਲਮ 'ਤੇ ਪੈਸਾ ਵੀ ਲੱਗਿਆ ਹੁੰਦਾ, ਉਸ ਤੋਂ ਬਾਅਦ ਕੱਟ ਲੱਗ ਜਾਂਦੇ ਨੇ। ਇਹ ਪ੍ਰੋਬਲਮ ਹੈ, ਇਸੇ ਕਰਕੇ ਬਹੁਤ ਜਿਹੜੇ ਮੇਕਰ ਹੈ ਉਹ ਧਾਰਮ ਫਿਲਮ ਨਹੀਂ ਬਣਾ ਪਾਉਂਦੇ। ਕਈ ਮਤਲਬ ਬਜ਼ੁਰਗਾਂ ਨੂੰ ਇਹ ਹੁੰਦਾ ਹੈ, ਅਕਸਰ ਜਦੋਂ ਸਮਾਂ ਮਿਲਦਾ ਪ੍ਰੋਗਰਾਮਾਂ 'ਤੇ ਜਾਂਦੇ, ਉਹਨਾਂ ਦਾ ਇਹ ਕਹਿਣਾ ਹੁੰਦਾ ਵੀ ਇੱਦਾਂ ਦੀ ਇੱਕ ਫਿਲਮ ਬਣਾਓ, ਪਰ ਇਹ ਤਾਂ ਹੁਣ ਸੁੱਚਾ ਸੂਰਬਾ ਸੀ ਬਣਾ ਸਕਦੇ। ਪਰ ਕਿਸੇ ਵੀ ਧਰਮ ਦੇ ਧਰਮ ਗੁਰੂ ਨਾਲ ਰਿਲੇਟਡ ਫਿਲਮ ਨਹੀਂ ਬਣਾ ਸਕਦੇ, ਉਹਦੇ ਲਈ ਬਹੁਤ ਬੰਦੇ ਉਹ ਧਾਰਮਿਕ ਜਥੇਬੰਦੀ ਦੱਸ ਸਕਦੇ, ਜਾਂ ਤਾਂ ਇਹ ਉਪਰਾਲਾ ਜਿਹੜੀਆਂ ਸਿੱਖਿਜ਼ਮ ਨਾਲ ਜੁੜੀਆਂ ਜਥੇਬੰਦੀਆਂ ਜਾਂ ਹਿੰਦੂਇਜ਼ਮ ਨਾਲ ਜੁੜੀਆਂ ਜਥੇਬੰਦੀਆਂ, ਉਹਨਾਂ ਦੇ ਜਿਹੜੇ ਸਕੋਲਰ ਹੈ ਉਹ ਮਿਲ ਬੈਠਣ, ਆਰਟਿਸਟਾਂ ਨਾਲ ਗੋਸ਼ਟੀਆਂ ਹੋਣੀਆਂ ਚਾਹੀਦੀਆਂ, ਜਿਹੜੇ ਸੁਚੱਜੇ ਪੱਤਰਕਾਰ ਹੈ, ਜਿਹੜੇ ਫਿਲੋਸਫੀਕਲ ਥੋਟ ਰੱਖਦੇ ਆ, ਜਿਹੜੇ ਚਾਹੁੰਦੇ ਆ ਕਿ ਸਮਾਜ ਇਸ ਤਰੀਕੇ ਨਾਲ ਵੀ ਐਜੂਕੇਸ਼ਨ ਦੇ, ਇਹਨਾਂ ਸਾਰਿਆਂ ਦੇ ਮਿਲ ਬੈਠਣ ਨਾਲ ਫਿਰ ਉਹ ਇੱਕ ਪ੍ਰੋਸੈਸ ਚੱਲੇ ਜਿਹਦੇ ਮੁਤਲਕ ਫਿਰ ਆਪਾਂ ਇੱਕ ਸਿਨੇਮੇ ਨੂੰ ਹੋਰ ਇੱਕ ਲੰਬਾ ਮਾਰਕਾ ਮਾਰ ਸਕਦੇ। ਜਦੋਂ ਬੰਦੇ ਨੂੰ ਦੁੱਖ ਹੁੰਦਾ ਉਹ ਬੰਦੇ ਦੀ ਅੱਖ ਚੋਂ ਅੱਥਰੂ ਗਿਰਦਾ, ਇਹਦੀ ਕੋਈ ਭਾਸ਼ਾ ਨਹੀਂ। ਜਦੋਂ ਅਸੀਂ ਖੁਸ਼ ਹੁੰਦੇ ਹਾਂ ਹੱਸਦੇ ਹਾਂ, ਉਹ ਕਿਸੇ ਵੀ ਮੁਲਕ ਚਲੇ ਜਾਓ ਹੱਸਦਾ ਇੱਕੋ ਤਰ੍ਹਾਂ ਦਾ ਰੋਣਾ।
ਸੋ ਬੇਸਿਕਲੀ ਇਹ ਜਿਹੜੀ ਇਹ ਗਾਥਾਵਾਂ ਹੈ ਤਾਂ ਇਮੋਸ਼ਨ ਆ, ਇਹ ਕਦੇ ਵੀ ਨਹੀਂ ਬਦਲਦੀ, ਇਹ ਲੱਗਦਾ ਹੁੰਦਾ। ਦੇਖੋ ਹੁਣ ਅੱਜ ਦੇ ਯੁੱਗ 'ਚ ਤਾਂ ਸਾਈ ਫਾਈ ਫਿਲਮਾਂ ਬਣ ਗਈਆਂ, ਜ਼ਿਆਦਾ ਜਿਹੜੀਆਂ ਅੰਤਰਰਾਸ਼ਟਰੀ ਫਿਲਮਾਂ ਸਾਈ ਫਾਈ ਬਣ ਗਈਆਂ, ਤੀਜੀ ਦੁਨੀਆ ਦੀ ਕਿਤੇ ਸਿਕਸ ਡਾਇਮੈਂਸ਼ਨ ਦੀ ਗੱਲ ਹੁੰਦੀ ਹੈ, ਕਿਤੇ ਦੂਜੇ ਪਲੈਨਟ ਦੀ ਹੁੰਦੀ ਹੈ, ਜਾਂ ਜਿਹੜੀਆਂ ਸਾਡੀ ਵਾਲੀ ਸਿਵਲਾਈਜੇਸ਼ਨ ਦੇ ਜਿਹੜੀਆਂ ਸੱਤ ਉਡਵਾਂਗ ਉਹਨਾਂ ਦੀ ਗੱਲ ਹੁੰਦੀ। ਪਰ ਮੈਂ ਅਸੀਂ ਜਿਸ ਖਿੱਤੇ 'ਚ ਰਹੇ ਨੇ, ਜਿਹੜੀ ਆਪਾਂ ਨੇ ਫਿਲਮ ਬਣਾਈ ਹੈ, ਇਹ ਫਿਲਮ ਤਾਂ ਟਾਈਮ ਪੀਰੀਅਡ ਹੈ, ਪਰ ਅੱਜ ਤੁਸੀਂ ਇਹ ਦੇਖੋ ਕਿ ਇਸ ਫਿਲਮ ਦੀ ਕੰਪਨੀ ਦਾ ਤਾਂ ਘੱਟ ਜ਼ੋਰ ਲੱਗਿਆ, ਉਹ ਵੱਖਰੀ ਗੱਲ ਹੈ ਕਿ ਆਪਾਂ ਸਾਰੇ ਇਕੱਠੇ ਬੈਠ ਕੇ ਇੱਕ ਦੂਜੇ ਨੂੰ ਬੈਠ, ਪਰ ਇਸ ਫਿਲਮ ਦੀ ਪ੍ਰਮੋਸ਼ਨ ਤਾਂ ਪਿੰਡਾਂ ਦੇ ਮੁੰਡਿਆਂ ਨੇ, ਨੌਜਵਾਨਾਂ ਨੇ, ਕੁੜੀਆਂ ਬੀਬੀਆਂ ਨੇ, ਬੱਚਿਆਂ ਨੇ ਕੀਤੀ। ਔਰ ਜਦੋਂ ਪ੍ਰੈਸ਼ਰ ਵਧੂਗਾ ਤੁਹਾਡੇ 'ਤੇ ਭਾਰ, ਦੇਖੋ ਕਿਸਾਨੀ ਅੰਦੋਲਨ ਇਕੱਲੇ ਕਿਸਾਨਾਂ ਦਾ ਨਹੀਂ, ਇਹ ਦਿਮਾਗ 'ਚ ਪਾ ਲਓ, ਮੇਰੀ ਗੱਲ ਸਮਝੋ। ਅੱਜ ਤੁਸੀਂ ਬਾਜ਼ਾਰ ਜਾਂਦੇ ਆਪ ਦੀ, ਕਿਸੇ ਨੇ ਬਾਜ਼ਾਰ ਤੋਂ ਆਟਾ ਖਰੀਦਣਾ, ਤੁਹਾਨੂੰ ਭਾਰ ਦਿੰਦਾ, ਜਦੋਂ ਕਾਰਪੋਰੇਟ ਦੇ ਅੰਡਰ ਆ ਗਿਆ ਫਿਰ ਤੁਹਾਨੂੰ ਨਹੀਂ ਮਿਲਣਾ। ਅੱਜ ਦੇਖੋ ਪਾਣੀ ਦੀ ਬੋਤਲ ਹੈ ਜਿਹੜੀ, ਉਹ ਕਿੰਨੇ ਦੀ ਹੈ ਮੈਨੂੰ ਪਤਾ ਨਹੀਂ, ਅੰਦਾਜ਼ ਕਰਦੇ ਹੀ ਤਾਂ ਸ਼ੁਰੂ ਹੁੰਦੀ, 20 ਰੁਪਏ ਦੀ ਬੋਤਲ, ਅਤੇ ਤੁਹਾਨੂੰ ਪਿਆਸ 'ਚ ਲੈਣੀ ਪਊ। ਜੇ ਇਹੀ ਕੰਮ ਸਮੂਹ ਲੋਕ ਇਕੱਠੇ ਹੋ ਕੇ ਕਰਦੇ, ਵੀ ਟੂਟੀਆਂ ਦਾ ਪ੍ਰਬੰਧ ਹਰ ਸਟਰੀਟ 'ਤੇ ਚਾਹੀਦਾ, ਜੇ ਬਾਜ਼ਾਰ 'ਚ ਬੰਦਾ, ਤੁਸੀਂ ਕਦੇ ਨਿੱਜੀ ਜ਼ਿੰਦਗੀ ਸੋਚੋ, ਸਮਾਜਿਕ ਪੱਧਰ 'ਤੇ ਅਸੀਂ ਬਹੁਤ ਪਿੱਛੇ ਹਾਂ, ਜਿੱਦਾਂ ਮੋਗਾ ਸ਼ਹਿਰ ਹੈ ਤੁਹਾਡਾ, ਜੇ ਆਪਾਂ ਬਾਜ਼ਾਰ 'ਚ ਤੁਰਦੇ ਫਿਰਦੇ ਹਾਂ, ਕੀ ਉੱਥੇ ਹੱਥ ਧੋਣ ਨੂੰ ਜਾਂ ਪਾਣੀ ਪੀਣ ਨੂੰ ਜਾਂ ਕਿਤੇ ਵਾਸ਼ਰੂਮ ਜਾਣ ਨੂੰ ਕੋਈ ਹੈ ਅਵੇਲੇਬਿਲਟੀ? ਨਹੀਂ ਨਾ, ਕਿਉਂਕਿ ਅਸੀਂ ਸਾਰੇ ਆਪਣੇ ਰੰਗਾਂ 'ਚ ਪਏ ਹੋਏ ਹਾਂ, ਅਸੀਂ ਆਪਣੇ ਲਈ ਪਹਿਲਾਂ ਸੋਚ ਰਹੇ ਹਾਂ। ਸੋਚਣਾ ਤਾਂ ਇਹ ਚਾਹੀਦਾ ਕਿ ਜੇ ਇੱਕ ਵੱਡਾ ਬਾਜ਼ਾਰ ਹੈ, ਜੇ ਕਿਸੇ ਬੀਬੀ ਨੇ ਜਾਣਾ ਕਿੱਥੇ ਜਾਵੇ, ਉਹ ਜਾਂ ਬੰਦੇ ਨੇ ਕਿਤੇ ਜਾਣਾ ਕਿਸੇ ਵੇਲੇ ਕਿੱਥੇ ਜਾਵੇ, ਪਰ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ। ਔਰ ਸਮਾਜਿਕ ਪੱਧਰ 'ਤੇ ਸਾਨੂੰ ਅੱਜ ਜਿਹੜਾ ਯੁੱਗ ਹੈ ਬੌਧਿਕ ਕੰਗਾਲੀ ਦੇ ਇਹ ਇੰਤਹਾ 'ਤੇ ਜਾ ਰਿਹਾ, ਸਾਨੂੰ ਇਹਦੇ ਲਈ ਜਾਗਰੂਕ ਹੋਣਾ ਪੈਣਾ। ਔਰ ਜਿਹੜਾ ਕਿਸਾਨੀ ਅੰਦੋਲਨ ਹੈ, ਕਿਸਾਨਾਂ ਦਾ ਨਹੀਂ, ਉਹ ਹਰ ਗਰੀਬ ਮਜ਼ਦੂਰ ਦਾ ਅੰਦੋਲਨ ਹੈ। ਅਤੇ ਜੇ ਜਿਹੜੀ ਚੀਜ਼ ਕਾਰਪੋਰੇਟ ਦੇ ਧੱਕੇ ਚੜ ਜਾਂਦੀ, ਤੁਸੀਂ ਬੈਂਕ 'ਚ ਜਾਂਦੇ, ਤੁਸੀਂ ਆਪਣੀ ਮਰਜ਼ੀ ਨਾਲ ਥੋੜ੍ਹੀ ਕਹਿ ਸਕਦੇ ਮੇਰਾ ਵਿਆਜ ਘਟਾ ਦੇ ਯਾਰ, ਅੱਛਾ ਛੱਡੋ ਕੀ। ਤੁਸੀਂ ਮੈਡੀਕਲ ਕਿਸੇ ਹਸਪਤਾਲ 'ਚ ਜਾਂਦੇ ਹੋ, ਅੱਜ ਪ੍ਰਾਈਵੇਟਿਜ਼ਮ ਹੋ ਗਿਆ ਇਹਨਾਂ, ਜੇ ਚੀਜ਼ਾਂ ਬਾਰੇ ਪਹਿਲਾਂ ਅੱਖ ਖੁੱਲ੍ਹੀ ਹੁੰਦੀ, ਇਹ ਨਹੀਂ ਹੋਣੀ ਸੀ। ਸਟੰਟ ਪੈਂਦਾ ਅਗਲਾ 2.5 ਲੱਖ ਦਾ ਬਿੱਲ ਬਣਾ ਦਿੰਦਾ, ਇਹ ਕਿਉਂ ਹੋਇਆ? ਇਹੀ ਤਾਂ ਜਕੜ ਇੱਕ ਰਹਿ ਗਿਆ ਕਿਸਾਨੀਆਂ ਤਾਂ ਬਚੀ, ਜਿੱਦਣ ਇਹ ਵੀ ਬੁਲਾਵੇ 'ਚ ਲੈ ਲਈ, ਬਸ ਫਿਰ ਕੰਮ ਕਰਨਾ, ਤਾਂ ਆਪਾਂ ਮਸ਼ੀਨਾਂ ਵਾਂਗੂ ਤੁਰੇ ਫਿਰਾਂਗੇ ਸੜਕਾਂ 'ਤੇ, ਉਹ ਜਿਵੇਂ ਜਿਵੇਂ ਆਰਡਰ ਹੋਈ ਜਾਊ ਕਰੀ ਜਾਇਆ ਕਰਾਂਗੇ, 4 ਘੰਟੇ ਕੰਮ ਦਿਆ ਕਰਨਾ, ਰੋਟੀ ਖਾ ਲਈ ਸੌਂ ਲਈ। ਇਹ ਇੱਕ ਹਿਸਟੋਰੀਕਲ ਫਿਲਮ ਹੈ, ਸੁੱਚਾ ਸਿੰਘ ਸੂਰਮਾ ਸਮਾਓ ਪਿੰਡ ਸੀ ਜੀ, ਉਹ ਇਤਿਹਾਸ ਦੇ ਇੱਕ ਕਰੈਕਟਰ ਹੋਏ ਨੇ ਅੱਜ ਤੋਂ 100-125 ਸਾਲ ਪਹਿਲਾਂ ਜੀ। ਉਹਨਾਂ ਦੇ ਪੂਰੇ ਜੀਵਨ ਦੇ ਉੱਪਰ ਇਹ ਫਿਲਮ ਹੈ ਜੀ। ਦੋਸਤੀ, ਪੰਜਾਬ ਦਾ ਕਲਚਰ, ਪੰਜਾਬ ਦਾ ਅਣਖ ਆਗੂ ਦੇ ਖਾਤਰ ਜੋ ਅਸੀਂ ਸੂਰਮੇ ਦੀਆਂ ਗਾਥਾਵਾਂ ਸੁਣਦੇ ਆਏ ਹਾਂ, ਉਸ ਨੂੰ ਇਹ ਅਮਿਤੋਜ ਮਾਨ ਜੀ ਨੇ ਡਾਇਰੈਕਟ ਕੀਤਾ ਇਸ ਫਿਲਮ ਨੂੰ, ਉਹਨਾਂ ਨੇ ਲਿਖਿਆ ਸਾਗਾ ਵੱਲੋਂ ਫਿਲਮ ਪ੍ਰੋਡਿਊਸ ਕੀਤੀ ਗਈ ਹੈ ਜੀ। ਅਤੇ ਇਸ ਫਿਲਮ ਦੇ ਬਾਰੇ ਅਸੀਂ ਪ੍ਰਮੋਸ਼ਨ ਕਰ ਰਹੇ ਹਾਂ, ਅੱਜ ਤੁਹਾਡੇ ਸ਼ਹਿਰ ਇੱਥੇ ਅਸੀਂ ਆਏ ਹਾਂ ਜੀ। ਇਸ ਫਿਲਮ ਤੋਂ ਬਾਅਦ ਤੁਹਾਨੂੰ ਦੇਖ ਰਹੇ ਹੋਗੇ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਮੈਨੂੰ ਲੱਗਦਾ ਸੁੱਚਾ ਸੂਰਮਾ ਹੀ ਹੋ ਰਹੀ ਹੈ ਜੀ। ਨਹੀਂ, ਫਿਲਮ ਦੇ ਜ਼ਰੀਏ ਦੀ ਮੈਂ ਗੱਲ ਕਰ ਰਿਹਾ, ਵੈਸੇ ਗੱਲ ਕਰ ਰਿਹਾ। ਦੇਖੋ ਜੀ, ਯੂਥ ਨੂੰ ਦਿਖਾਉਣ ਵਾਸਤੇ ਸਿਨੇਮਾ ਜਿਹੜਾ ਹੁੰਦਾ ਆਰਟ ਹੈ, ਕਦੇ ਵੀ ਉਹ ਸੋਸਾਇਟੀ ਨੂੰ ਰਿਫਲੈਕਟ ਕਰਦਾ, ਆਰਟ ਇਜ਼ ਦਾ ਰਿਫਲੈਕਸ਼ਨ ਆਫ ਸੋਸਾਇਟੀ ਜੀ, ਹੈ ਨਾ। ਇਹ ਸਾਡੇ ਕੋਲ ਗਾਥਾਵਾਂ ਅੰਗਰੇਜ਼ਾਂ ਦੇ ਸਮੇਂ ਦੀਆਂ ਇਹ ਘਟਨਾਵਾਂ ਸੀਗੀਆਂ ਜੀ। ਉਸ ਵੇਲੇ ਬਹੁਤ ਸਾਰੇ ਇੱਦਾਂ ਦੀਆਂ ਕਹਾਣੀਆਂ ਨੇਗੀਆਂ ਜੋ ਸਾਡੇ ਕੋਲ ਮੂੰਹ ਜ਼ਬਾਨੀ ਲੋਕਾਂ ਦੇ ਕੋਲੋਂ ਪਹੁੰਚੀਆਂ ਨੇਗੀਆਂ, ਲਿਖਤ ਦੇ ਵਿੱਚ ਸ਼ਾਇਦ ਉਸ ਰੂਪ ਦੇ ਵਿੱਚ ਸਾਡੇ ਕੋਲ ਨਹੀਂ ਪਹੁੰਚੀਆਂ। ਇਹ ਅਸੀਂ ਰਿਸਰਚ ਕਰਕੇ ਪਿੰਡੇ ਪਿੰਡੇ ਜਾ ਕੇ, ਅਸੀਂ ਕੱਲ੍ਹ ਵੀ ਸਮਾਓ ਪਿੰਡ ਜਾ ਕੇ ਆਏ ਸੀਗੇ ਜੀ, ਉੱਥੋਂ ਰਿਸਰਚ ਇਕੱਠੀ ਕੀਤੀ, ਅਤੇ ਤੁਹਾਨੂੰ ਉਸ ਸਾਹਿਤ ਦੇ ਨਾਲ, ਉਸ ਕਲਚਰ ਦੇ ਨਾਲ, ਉਸ ਸੁੱਚਾ ਸੂਰਮਾ ਦੇ ਨਾਲ ਜੋੜਨ ਵਾਸਤੇ ਫਿਲਮ ਬਣਾਈ ਗਈ ਹੈਗੀ ਜੀ, ਕਿ ਸਾਡੇ ਸੂਰਮੇ ਆਹ ਲੋਕ ਨੇ, ਇਹ ਸਾਡੇ ਅਸਲੀ ਹੀਰੋ ਨੇ। ਜਿੱਦਾਂ ਅੱਜ ਕੱਲ੍ਹ ਦੀ ਯੂਥ
ਟੈਂਪਰੇਰੀ ਜਿਹੜੇ ਹੀਰੋ ਬਣੇ ਹੋਏ ਨੇ ਜਾਂ ਫੇਸਬੁੱਕ 'ਤੇ ਹੀਰੋ ਬਣੇ ਹੋਏ ਨੇ ਉਹਨਾਂ ਨੂੰ ਆਪਣੇ ਆਈਡਲ ਮੰਨਦੀ ਆ, ਉਹਨਾਂ ਨੂੰ ਪਤਾ ਲੱਗੇਗਾ ਕਿ ਇਹ ਸਾਡੇ ਅਸਲੀ ਹੀਰੋ ਸੀ ਜਿਨ੍ਹਾਂ ਦੇ ਕਰਕੇ ਪੰਜਾਬ ਦਾਨੇ ਬੰਦਿਆਂ ਦੇ ਨਾਮ 'ਤੇ, ਪੰਜਾਬ ਵਸਦਾ ਗੁਰੂ ਪੀਰਾਂ ਦੇ ਨਾਮ 'ਤੇ, ਉਸ ਪੰਜਾਬ ਦੇ ਅਸਲੀ ਹੀਰੋ ਨੇ, ਨਾਇਕ ਨੇ, ਜਿਨ੍ਹਾਂ ਦੀ ਇਹ ਵਾਰਗਾਥਾ ਤੁਹਾਨੂੰ ਫਿਲਮ ਦੇ ਰਾਹੀਂ 20 ਤਰੀਕ ਨੂੰ ਦਿਖਾਈ ਦੇ। ਸਭ ਤੋਂ ਵੱਡੀ ਗੱਲ ਤਾਂ ਬੱਬੂ ਮਾਨ ਸਾਹਿਬ ਬੈਠੇ ਨੇ, ਇਹਨਾਂ ਨੇ ਫਿਲਮ ਦੇ ਵਿੱਚ ਸੁੱਚਾ ਸਿੰਘ ਸੂਰਮਾ ਦਾ ਰੋਲ ਪਲੇਅ ਕੀਤਾ, ਸਾਰੇ ਦੁਨੀਆਂ ਨੂੰ ਪਤਾ ਲੱਗ ਚੁੱਕਿਆ। ਇਸ ਤੋਂ ਬਾਅਦ ਮੈਨੂੰ ਲੱਗਦਾ ਕਿ ਪਿੱਛੇ ਕੁਛ ਇੰਟਰਟੇਨਮੈਂਟ, ਇਸ ਫਿਲਮ ਦੇ ਵਿੱਚ ਸੰਗੀਤ ਦਾ ਬਹੁਤ ਵੱਡਾ ਹੱਥ ਹੈ, ਔਰ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਇਸ ਵੇਲੇ ਫਿਲਮ ਦਾ ਸੰਗੀਤ ਟ੍ਰੈਂਡਿੰਗ ਨੰਬਰ 1 ਚੱਲ ਰਿਹਾ ਸੀ, ਕਿਉਂਕਿ ਉਸ ਫਿਲਮ ਦੇ ਸਾਰੇ ਗਾਣੇ ਜਿਹੜੇ ਮਾਨ ਸਾਹਿਬ ਹੋਰਾਂ ਨੇ ਲਿਖੇ ਨੇ, ਖੁਦ ਹੀ ਇਹਨਾਂ ਨੇ ਮਿਊਜ਼ਿਕ ਕੰਪੋਜ਼ ਕੀਤਾ, ਔਰ ਉਸ ਤਰ੍ਹਾਂ ਦਾ ਫਿਲਮ ਦਾ ਮਿਊਜ਼ਿਕ ਦੀ ਜਦੋਂ ਆਪਾਂ ਗੱਲ ਕਰਦੇ ਹਾਂਗੇ, ਅਸੀਂ ਸਾਡੇ ਅਕਸਰ ਲੋਕਾਂ ਦੀ ਇਹ ਇੱਕ ਬੜੀ ਦੁਬਿਧਾ 'ਚ ਹੁੰਦੇ ਨੇਗੇ ਜਾਂ ਉਹਨਾਂ ਦਾ ਇੱਕ ਸ਼ੰਕਾ ਹੁੰਦੀ ਕਿ ਫਿਲਮ ਦਾ ਮਿਊਜ਼ਿਕ ਨਹੀਂ ਲੱਗਦਾ। ਇਹ ਫਿਲਮ ਦਾ ਮਿਊਜ਼ਿਕ ਤੁਹਾਨੂੰ ਇੱਦਾਂ ਲੱਗੂ ਵੀ ਇਹ ਫਿਲਮ ਮਿਊਜ਼ਿਕ ਵਿੱਚ ਬਣੀ ਹੋਈ ਹੈ ਅਤੇ ਮਿਊਜ਼ਿਕ ਫਿਲਮ ਦਾ ਹਿੱਸਾ ਹੈ। ਬਹੁਤ ਮਿਹਨਤ ਕੀਤੀ ਆ ਔਰ ਜਿਹਦਾ ਨਤੀਜਾ ਇਹ ਨਿਕਲਿਆ ਕਿ ਇਸ ਵੇਲੇ ਟ੍ਰੈਂਡਿੰਗ ਦੇ ਵਿੱਚ ਆਈਟਿਊਨਸ ਦੇ ਉੱਪਰ ਕਦੇ ਵੀ ਕੋਈ ਫੇਕ ਚੀਜ਼ਾਂ ਨਹੀਂ ਹੁੰਦੀਆਂ, ਤੁਸੀਂ ਮੀਡੀਆ ਵਾਲੇ ਲੋਕ ਚੰਗੀ ਤਰ੍ਹਾਂ ਜਾਣਦੇ, ਜਿੱਦਾਂ ਯੂਟਿਊਬ ਦੇ ਉੱਪਰ ਬਹੁਤ ਸਾਰੇ ਵਿਊਜ਼ ਲੈ ਜਾਂਦੇ ਨੇ, ਆਈਟਿਊਨਸ ਦੇ ਉੱਪਰ ਸਿਰਫ ਔਰ ਸਿਰਫ ਨਰੋਲ ਉਹੀ ਬੰਦਾ ਟ੍ਰੈਂਡ ਕਰਦਾ ਜਿਹਦੇ ਵਿੱਚ ਟ੍ਰੈਂਡ ਹੋਣ ਦਾ ਦਮ ਹੈ ਜਾਂ ਮਿਊਜ਼ਿਕ ਪ੍ਰੋਡਕਟ ਅੱਛਾ ਇਸ ਵੇਲੇ ਨੰਬਰ 1 ਆਲ ਇੰਡੀਆ ਦੇ ਵਿੱਚ ਟ੍ਰੈਂਡਿੰਗ ਮਿਊਜ਼ਿਕ।